हम संतन की रेण प्यारे, हम संतन की शरणा, संत हमारी ओट सतानी, संत हमारा गहना, संत हमारा गहना, संत हमारा गहना, हमारा गहना, संत 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 हमारा Let's go.
संतन की शरणा, हम 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 संतन की शरणा, संत हमारी ओट सुतानी, संत हमारी ओट सुतानी, वाहे गुरु वाहे गुरु वाहे
ਸਾਹਿਬ ਗੁਰੂ ਸਾਰੀ ਸੰਗਤ ਸਾਰੇ ਵੀਰ ਸਿੰਘ ਭਾਈ ਸਾਰੀਆਂ ਮਾਤਾਵਾਂ ਭੈਣਾਂ ਆਓ ਮਨ ਜੋੜੋ ਸਾਰੇ ਕਰੋ ਕਿਰਪਾ ਵਾਹਿਗੁਰੂ ਵਾਹਿਗੁਰੂ ਜਪੋ ਜੀ ਸੰਗਤ ਬੋਲੋ ਰਲ ਕੇ ਵਾਹਿਗੁਰੂ ਵਾਹਿਗੁਰੂ ਇੱਕ ਮਾਈ ਉੱਧਰ ਲਾ ਲਾ ਉੱਚਾ ਕਰਕੇ ਲਾਇਓ ਵਾਹਿਗੁਰੂ ਵਾਹਿਗੁਰੂ ਆਓ ਚੌਂਕੜੇ ਲਾਓ ਅੱਖਾਂ ਬੰਦ ਕਰਕੇ ਬੈਠੋ ਸਾਰੇ ਕਰੋ ਕਿਰਪਾ ਬੋਲੋ ਨਾਲ ਨਾਲ ਸਾਰੇ ਸਾਰੇ ਹੀ
वाहे गुरु ਰਸਨਾ ਪਵਿੱਤਰ ਕਰੋ ਸਤਿਗੁਰਾਂ ਨੂੰ ਸੀਸ ਝੁਕਾਓ ਪਿਆਰ ਨਾਲ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਾਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ ਸਦਾ ਮਿਹਰਾਂ ਦਾ ਦਾਤਾ ਮਿਹਰ ਕਰਨ ਵਾਲਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ ਜਿਹੜਾ ਉਹਦੀ ਯਾਦ ਵਿੱਚ ਜੁੜਦਾ ਹੈ ਜਿਹੜਾ ਉਹਦੀ ਸਿਫਤ ਸਲਾਹ ਵਿੱਚ ਜੁੜਦਾ ਹੈ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਸਾਰੀ ਪਾਤਸ਼ਾਹੀ ਸਾਰੀ ਮਲਕੀਅਤ ਉਹਨੂੰ ਮਿਲ ਜਾਂਦੀ ਹੈ ਜਿਹੜਾ ਉਹਦੀ ਸਿਫਤ ਸਲਾਹ ਵਿੱਚ ਜੁੜਦਾ ਅਸਲੀ ਬਾਦਸ਼ਾਹ ਬਣ ਜਾਂਦਾ ਕਿਵੇਂ ਰੱਬ ਦੀ ਸਿਫਤ ਸਲਾਹ ਵਿੱਚ ਜੁੜਨ ਵਾਲਾ ਉਹਦੇ ਗੁਣਾਂ ਦਾ ਅਧਿਐਨ ਕਰਨ ਵਾਲਾ ਉਹਨੂੰ ਸਮਝਣ ਵਾਲਾ ਉਹਦੀ ਸਿਫਤ ਸਲਾਹ ਉਹਦੀ ਖੋਜ ਕਰਨ ਵਾਲਾ ਉਹਦੀ ਭਾਲ ਕਰਨ ਵਾਲਾ ਜਿਹੜਾ ਵੀ ਮਨੁੱਖ ਇਸ ਪਾਸੇ ਤੁਰੇਗਾ ਜਿਹੜਾ ਇਸ ਰਾਹ 'ਤੇ ਤੁਰੇਗਾ ਜਦੋਂ ਉਹ ਲੱਭਦਾ ਹੈ ਉਹ ਕਹਿੰਦਾ ਵੀ ਉਹ ਤਾਂ ਵੱਖਰਾ ਹੈ ਹੀ ਕਿਤੇ ਨਹੀਂ ਜਿਹਨੂੰ ਮੈਂ ਅਸਮਾਨਾਂ ਵਿੱਚ ਲੱਭਦਾ ਫਿਰਦਾ ਜਿਹਨੂੰ ਮੈਂ ਜੰਗਲਾਂ ਵਿੱਚ ਲੱਭਦਾ ਫਿਰਦਾ ਕੋਈ ਕਿਤੇ ਲੱਭਦਾ ਫਿਰਦਾ ਕੋਈ ਕਿਤੇ ਲੱਭਦਾ ਫਿਰਦਾ ਜਦੋਂ ਸਮਝ ਲੱਗਦੀ ਹੈ ਤਾਂ ਬਾਣੀ ਕਹਿੰਦੀ ਹੈ ਵੀ ਉਹ ਤੇ ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਏੜਾ ਮੇਰਾ ਸਾਜਨੜਾ ਉਹ ਤੇ ਤੇਰੇ ਹੀ ਨੇੜੇ ਖਲੋਤਾ ਹੋਇਆ ਤੇਰੇ ਤੋਂ ਵੱਖਰਾ ਜਾਂ ਤੇਰੇ ਤੋਂ ਦੂਰ ਤੇ ਹੈ ਹੀ ਨਹੀਂ ਉਹ ਤੇ ਹਮੇਸ਼ਾ ਤੇਰੇ ਅੰਗ ਸੰਗ ਹੈ ਦੁਕਾਲੰਗ ਪਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਭੰਗੰਗ ਵਿਪੂਤੇ ਮੈਂ ਬੜੀ ਵਾਰੀ ਬੇਨਤੀ ਕੀਤੀ ਹੈ ਕੋਈ ਥੋੜ੍ਹੀ ਜਿਹੀ ਕਿਸੇ ਨੂੰ ਹਮਾਇਤ ਮਿਲਦੀ ਹੋਵੇ ਕਿਸੇ ਤੋਂ ਥੋੜ੍ਹਾ ਜਿਹਾ ਵੀ ਕੋਈ ਹਮਾਇਤ ਕੋਈ ਪਾਵਰ ਹੋਵੇ ਪਿੰਡ ਵਿੱਚ ਹੋਵੇ ਅਗਲਾ ਬੰਦਾ ਕਹਿੰਦਾ ਮੇਰੀ ਫਲਾਣੇ ਤੱਕ ਪਹੁੰਚ ਆਏ ਜਿਹਦੀ ਕਿਸੇ ਅਫਸਰ ਤੱਕ ਪਹੁੰਚ ਹੋਵੇ ਉਹ ਚਪੜਾਸੀ ਨੂੰ ਕੀ ਜਾਣੇਗਾ ਉਹ ਕਹਿੰਦਾ ਮੇਰੀ ਅਫਸਰ ਤੱਕ ਪਹੁੰਚ ਹੈ ਹਾਲੇ ਇਹ ਦੁਨਿਆਵੀ ਗੱਲ ਹੈ ਕੋਈ ਮੰਤਰੀ ਮੰਤਰੀ ਨਾਲ ਕਹਿੰਦਾ ਮੇਰੀ ਮੰਤਰੀ ਤੱਕ ਪਹੁੰਚ ਹੈ ਮੈਂ ਕਿਸੇ ਨੂੰ ਕੀ ਜਾਣਨਾ ਕੋਈ ਕਹਿੰਦਾ ਮੇਰੀ ਮੁੱਖ ਮੰਤਰੀ ਤੱਕ ਕੋਈ ਕਹਿੰਦਾ ਪ੍ਰਧਾਨ ਮੰਤਰੀ ਤੱਕ ਹਾਲੇ ਇਹ ਦੁਨਿਆਵੀ ਰਾਜੇ ਭਾਵੇਂ ਚਾਰ ਪੰਜ ਸਾਲਾਂ ਦੇ ਹੀ ਨੇ ਪਤਾ ਹੀ ਹੈ ਆਪਾਂ ਨੂੰ ਤੇ ਫਿਰ ਉਹ ਬੰਦਾ ਜਿਹੜਾ ਕਹਿੰਦਾ ਮੇਰੀ ਪਹੁੰਚ ਬੜੀ ਹੈ ਉਹਦੇ ਪੈਰ ਧਰਤੀ ਤੇ ਨਹੀਂ ਲੱਗਦੇ ਉਹ ਹਵਾ ਵਿੱਚ ਫੂਕ ਵਿੱਚ ਭਰਿਆ ਹੋਇਆ ਉੱਡਦਾ ਫਿਰਦਾ ਹੈ ਪਰ ਜਿਹਨੂੰ ਇਸ ਗੱਲ ਦੀ ਸਮਝ ਲੱਗ ਜਾਏ ਨਾ ਕਿ ਇਹ ਤੇ ਰਾਜੇ ਹੀ ਬੜੇ ਥੋੜੇ ਨੇ ਬੜੇ ਛੋਟੇ ਸਮੇਂ ਲਈ ਰਾਜੇ ਨੇ ਬੜੀ ਥੋੜੀ ਜਿਹੀ ਥਾਂ ਤੇ ਇਹਨਾਂ ਦਾ ਰਾਜ ਹੈ ਬੜੀ ਥੋੜੀ ਤਾਕਤ ਹੈ ਭਾਵੇਂ ਕੋਈ ਮਾਣ ਵੱਡਾ ਕਰੀ ਫਿਰੇ ਪਰ ਕਿੰਨੀ ਕੁ ਤਾਕਤ ਹੈ ਪਰ ਇੱਕ ਪਾਸੇ ਉਹ ਖੜਾ ਹੈ ਸਾਡੇ ਨਾਲ ਜਿਹਨੇ ਇਹੋ ਜਿਹੀਆਂ ਕਈ ਕਰੋੜਾਂ ਦੁਨੀਆਂ ਬਣਾਈਆਂ ਨੇ ਜਿਹੜਾ ਮਾਲਕ ਹੈ ਸੱਚਮੁੱਚ ਤੇ ਉਹ ਚਾਰ ਪੰਜ ਸਾਲਾਂ ਵਾਸਤੇ ਨਹੀਂ ਉਹ ਤੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਉਸੀ ਭੀ ਸੱਚ ਤੁਮ ਨਿਧਾਨ ਅਟਲ ਸੁਲਤਾਨ ਜਿਹਦੀ ਸੁਲਤਾਨੀ ਅਟਲ ਹੈ ਕਦੀ ਨਹੀਂ ਖਤਮ ਹੋਣ ਵਾਲੀ ਅੱਜ ਵੀ ਉਹੀ ਸੁਲਤਾਨ ਹੈ ਅੱਜ ਵੀ ਮਾਲਕ ਉਹੀ ਹੈ ਦੁਨੀਆਂ ਦਾ ਭਲਕੇ ਵੀ ਉਹਨੇ ਹੀ ਰਹਿਣਾ ਪਹਿਲਾਂ ਵੀ ਉਹ ਸੀ ਉਹਦੀ ਸੁਲਤਾਨੀ ਕੋਈ ਨਹੀਂ ਖੋ ਸਕਦਾ ਤੇ ਜਿਹਨੂੰ ਇਸ ਗੱਲ ਦੀ ਸਮਝ ਆ ਜਾਏ ਕਿ ਐਡਾ ਵੱਡਾ ਪਰਮਾਤਮਾ ਮੇਰੇ ਨਾਲ ਹੈ ਉਹਨੂੰ ਫਿਰ ਛੋਟੀ ਛੋਟੀ ਗੱਲ ਤੋਂ ਡਰਨ ਦੀ ਕੀ ਲੋੜ ਹੈ ਉਹ ਬਿੱਲੀਆਂ ਤੋਂ ਥੋੜ੍ਹਾ ਡਰੇਗਾ ਵੀ ਬਿੱਲੀ ਰਾਹ ਕੱਟ ਗਈ ਹੈ ਉਹ ਥੋੜ੍ਹਾ ਡਰੇਗਾ ਵੀ ਆਹ ਇੱਟਾਂ ਪਈਆਂ ਸੀ ਮੈਂ ਇੱਟਾਂ ਪਰਾਂ ਸੁੱਟ ਦਿੱਤੀਆਂ ਨੇ ਇੱਥੇ ਕਿਸੇ ਨੇ ਦੀਵਾ ਬਾਲਿਆ ਸੀ ਉਹ ਨਹੀਂ ਡਰਦਾ ਉਹ ਕਹੇਗਾ ਇੱਡਾ ਵੱਡਾ ਮਾਲਕ ਮੇਰੇ ਨਾਲ ਉਹ ਅੰਗ ਸੰਗ ਹੈ ਮੇਰੇ ਮੈਨੂੰ ਹੋਰ ਕਿਸੇ ਤੋਂ ਡਰਨ ਦੀ ਕੀ ਲੋੜ ਹੈ ਨਿਰਭਉ ਜਪੈ ਸਗਲ ਭਉ ਮਿਟੈ ਰੱਬ ਕਿਰਪਾ ਤੇ ਪ੍ਰਾਣੀ ਛੁਟੈ ਜਿਹੜਾ ਨਿਰਭਉ ਨੂੰ ਯਾਦ ਕਰਨ ਵਾਲਾ ਹੈ ਉਸ ਪਰਮਾਤਮਾ ਨੂੰ ਉਹ ਨਿਰਭਉ ਹੈ ਉਹਦਾ ਗੁਣ ਹੈ ਨਿਰਭਉ ਪੜ੍ਹਦੇ ਆਪਾਂ ਮੂਲ ਮੰਤਰ ਵਿੱਚ ਨਿਰਭਉ ਨਿਰਭੈ ਇਹ ਉਹਦਾ ਗੁਣ ਹੈ ਪਰਮਾਤਮਾ ਨਿਰਭਉ ਹੈ ਤੇ ਜਿਹੜਾ ਨਿਰਭਉ ਨੂੰ ਜਪਦਾ ਹੈ ਉਹਨੂੰ ਯਾਦ ਕਰਦਾ ਉਹਨੂੰ ਵੀ ਡਰ ਕੋਈ ਨਹੀਂ ਰਹਿੰਦਾ ਤੇ ਜਿਹਨੂੰ ਇਹ ਪਤਾ ਲੱਗ ਜਾਂਦਾ ਨਾ ਵੀ ਏਡਾ ਵੱਡਾ ਪਰਮਾਤਮਾ ਵੇਖੋ ਦੁਨਿਆਵੀ ਕੋਈ ਬਾਦਸ਼ਾਹ ਉਸ ਬੰਦੇ ਦੀ ਰੀਸ ਨਹੀਂ ਕਰ ਸਕਦਾ ਜਿਹਨੂੰ ਇਸ ਗੱਲ ਦੀ ਸਮਝ ਆਏ ਜਿਹੜਾ ਪਰਮੇਸ਼ੁਰ ਨੂੰ ਆਪਣੇ ਨੇੜੇ ਮੰਨਣ ਲੱਗ ਪਿਆ ਉਹ ਕਿਸੇ ਤੋਂ ਨਹੀਂ ਡਰਦਾ
रंग हसै रंग रोवे चुप भी कर जाहे परवाह नाही किसै केरी बाज होर किसी की परवाह ही नहीं एडा वड्डा परमेश्वर है वो मेरे अंग संग है बस इस गल नूं समझिए बाणी समझाउंदी है कोई किसे नूं अपना बनाई फिरदा कोई किसे नाल धड़ा बनाई फिरदा कोई किसे नूं कहिंदा अपना पर सतगुरु कहिंदे ने साडा धड़ा कादे नाल है वो जिहड़ा परमात्मा सारिआं विच समाया होया जिहड़ा सारिआं दे विच हाजर नाजर है कोई किसे नूं बनाई फिरदा है अपना कोई किसे नूं सांझ किसे नाल बनाई फिरदा है पर बाणी कहिंदी झूठ है असली सांझ असली नाता नहीं ददसार पिता पितामा पर पितामा सज्जन कुटुंब सुत बंध बना प्राप्ता है नहीं ननसार माता पर माता बिरध पर माता मामू मामी मौसा और विविध बख्याता है नहीं ससुरार सास ससुरा सारा हो सारी नहीं बिरती सुर जाचक न दाता तीन रिश्तेदारियां मनुख दियां बाणी ने दसियां भाई गुरदास जी दसदे ने एक दादके एक नानके एक सहुरे इन्हां तों गांह अगे रिश्तेदारियां बणदियां तीन मेन ने दादके नानके सहुरे ददकियां विच सारे गुणा के भाई गुरदास जी कहिंदे कोई निभण वाला रिश्ता नहीं होर होरां दी की आस करना है इन्हां च कोई निभण वाला नानकियां विच सारे रिश्ते गुणा के कहिंदे निभण वाला नहीं शरीर तक संगी ने पूर्व जन्म के मिले संजोगी अंत है को ना सके सहुरियां विच कहिंदे ने सहुरियां विच सारे गुणा के कहिंदे कोई नहीं निभण वाला लास्ट ने भाई गुरदास जी कहते असन बसन धन धाम कहूं मैं ना देखियो जैसा गुरसिख साध संगत को नाता है कहते एहो जिहा रिश्ता है ही कोई नहीं इदां दा नहीं लभदा किवें दा जिदां दा गुरु दे सिख दा अपने गुरु दे नाल रिश्ता इत्थे ते कोई एक कदम पुटदा चरण शरण गुर एक पेंडा जाए चल सतगुर कोट पेंडा अगे होए ले एक बार सिमरन मंत्र सतगुर मात्र सिमरन ताहे बारंबार गुर हे थे भावनी भगत पाए कौटी अगर भाग रखै ताहे गुर सर्व निधान दान पढ़ियो जरा प्यार नाल सारी कोई किसे दा किसे दा कोई किसे दा किसे दा कोई है मेरा एक तू ही मालिका किसे दा किसे दा कोई है मेरा एक तू ही मालिका कोई किसे दा किसे दा कोई है
ਕੋਈ ਕਿਸੇ ਦਾ ਕੋਈ ਕਿਸੇ ਦਾ ਬਣਿਆ ਹੋਇਆ ਪਰ ਮਾਲਕਾ ਮੇਰਾ ਤੇ ਤੂੰ ਹੀ ਆਸਰਾ। ਇੱਥੋਂ ਤੱਕ ਸੁਰਤ ਅਪੜ ਜਾਏ ਨਾ, ਇੱਥੋਂ ਤੱਕ ਮਨ ਬਣ ਜਾਏ ਕਿਤੇ, ਇਹ ਭਾਵਨਾ ਪੈਦਾ ਕਰਨੀ ਔਖੀ ਹੈ। ਉਹ ਤੇ ਨਿਭਾਉਂਦਾ ਹੈ ਹਮੇਸ਼ਾ ਹੀ, ਹਰ ਯੁੱਗ ਯੁੱਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜ। ਉਹਦਾ ਤੇ ਬਿਰਧ ਸੁਭਾਅ ਹੈ, ਪਰ ਕੋਈ ਜੋੜੇ ਸਹੀ ਉਹਦੇ ਨਾਲ ਏਦਾਂ ਦੀ ਉੱਠੀ। ਭਗਤ ਨਾਮਦੇਵ ਜੀ ਕਹਿੰਦੇ, ਏਦਾਂ ਦੀ ਪ੍ਰੀਤ ਪਰਮਾਤਮਾ ਤੇਰੇ ਨਾਲ ਜੁੜੀ ਹੈ। ਜੋ ਤੁਮ ਗਿਰਵਰ ਤੋ ਹਮ ਹੋਰਾ, ਜੋ ਤੁਮ ਚੰਦ ਹਮ ਭਏ ਹੈ ਚਕੋਰ। ਮਾਲਕ ਇਹੋ ਜਿਹੀ ਪ੍ਰੀਤ ਹੈ, ਜੋ ਤੁਮ ਦੀਵਰਾ ਤੋ ਹਮ ਬਾਤੀ, ਜੋ ਤੁਮ ਤੀਰਥ ਤੋ ਹਮ ਜਾਤੀ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸਤ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੰਗਤਾਂ ਨੂੰ ਦਰਸ਼ਨ ਦਿੰਦੇ ਨੇ। ਬੜੀ ਬੜੀ ਦੂਰੋਂ ਸੰਗਤਾਂ ਸਤਿਗੁਰੂ ਦੇ ਦਰਸ਼ਨ ਕਰਨ ਆਉਂਦੀਆਂ ਨੇ। ਬੜੇ ਆਪਣੀਆਂ ਝੋਲੀਆਂ ਭਰ ਕੇ ਦਰਸ਼ਨ ਕਰਕੇ ਸਤਿਗੁਰੂ ਦਾ ਉਪਦੇਸ਼ ਸੁਣ ਕੇ ਆਪਣਾ ਜੀਵਨ ਬਦਲਦੇ ਨੇ। ਬੜੇ ਨਟਾਲ ਹੋਏ, ਬੜੇ ਡਿੱਗੇ ਢੱਠੇ ਹੋਏ ਲੋਕ ਮਨਾ ਕਰਕੇ ਆਉਂਦੇ ਨੇ, ਜਦੋਂ ਵਾਪਸ ਜਾਂਦੇ ਨੇ ਮਨ ਚੜ੍ਹਦੀ ਕਲਾ 'ਚ ਹੋ ਜਾਂਦੇ। ਉੱਥੋਂ ਦਾ ਮਾਹੌਲ ਅਸਰ ਕਰਦਾ ਹੈ, ਅਨੰਦਪੁਰ ਸਾਹਿਬ ਦਾ ਮਾਹੌਲ ਇੱਦਾਂ ਦਾ ਹੈ। ਜਿਹੜਾ ਵੀ ਕੋਈ ਆਉਂਦਾ ਹੈ, ਆਉਂਦਾ ਤੇ ਜ਼ੁਲਮ ਦਾ ਸਤਾਇਆ ਹੋਇਆ, ਸਰਕਾਰਾਂ ਦਾ ਸਤਾਇਆ, ਡਰਿਆ ਸਹਿਮਿਆ ਆਉਂਦਾ ਹੈ, ਪਰ ਜਿਉਂ ਹੀ ਅਨੰਦਪੁਰ ਸਾਹਿਬ ਵਿੱਚ ਆ ਜਾਂਦਾ ਹੈ, ਜਦੋਂ ਉੱਥੋਂ ਵਾਪਸ ਜਾਂਦਾ ਤੇ ਇਹੋ ਜਿਹੀ ਸਪਿਰਿਟ, ਇਹੋ ਜਿਹਾ ਜਜ਼ਬਾ ਲੈ ਕੇ ਜਾਂਦਾ ਹੈ ਕਿ ਸਵਾ ਸਵਾ ਲੱਖ ਨਾਲ ਲੜਨ ਦੀ ਹਿੰਮਤ ਸਤਿਗੁਰੂ ਜੀ ਭਰ ਦਿੰਦੇ। ਇਹੋ ਜਿਹਾ ਮਾਹੌਲ ਅਨੰਦਪੁਰ ਸਾਹਿਬ ਦਾ ਵੇਖਿਆ। ਉੱਥੇ ਇੱਕ ਵੈਦਗੀ ਕਰਨ ਵਾਲਾ ਸੁਜਾਨ ਚੰਦ ਨਾਂ ਦਾ ਵੈਦ ਆਇਆ ਧੰਨ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ। ਆ ਕੇ ਜਦੋਂ ਉਹਨੇ ਅਨੰਦਪੁਰ ਸਾਹਿਬ ਦਰਸ਼ਨ ਕੀਤੇ ਸੰਗਤ ਦੇ, ਸਤਿਗੁਰੂ ਦੇ, ਤੇ ਮਨ ਵਿੱਚ ਇਹੋ ਜਿਹੀ ਖਿੱਚ ਵੱਜੀ, ਕਹਿੰਦਾ ਮਨਾ ਐਵੇਂ ਹੀ ਅੱਜ ਤੱਕ ਤੇ ਐਵੇਂ ਹੀ ਦਰ ਦਰ ਤੇ ਭਟਕਦਾ ਰਿਹਾ, ਕਦੀ ਕਿਸੇ ਨੂੰ ਮੱਥੇ ਟੇਕ ਲਏ, ਕਦੀ ਕਿਸੇ ਨੂੰ ਮੱਥੇ ਟੇਕ ਲਏ, ਕਦੀ ਕਿਤੇ ਅਰਦਾਸਾਂ ਕਰਾ ਲਈਆਂ, ਕਿਤੇ ਕਿਤੇ ਹੱਥ ਜੋੜ ਲਏ, ਇਹੋ ਜਿਹਾ ਦਰ ਤੇ ਲੱਭਿਆ ਹੀ ਅੱਜ। ਕਬੀਰ ਜਿਹੇ ਦਰ ਆਵਤ ਜਾਤੇ ਹੋ, ਹਟਕੈ ਨਾਹੀਂ ਕੋਏ, ਸੋ ਦਰ ਕੈਸੇ ਛੋਡੀਐ
ਜੋ ਦਰ ਇਹੋ ਜਿਹਾ ਦਰ ਇਹੋ ਜਿਹਾ ਘਰ ਕੋਈ ਨਹੀਂ ਹੋਰ ਦੁਨੀਆਂ ਵਿੱਚ ਕਲਗੀਆਂ ਵਾਲੇ ਸਤਿਗੁਰੂ ਵਰਗਾ ਹੋਰ ਕੋਈ ਨਹੀਂ ਖੰਡੇ ਦੀ ਪੌਲ ਦਿੰਦੇ ਨੇ ਸਾਰੇ ਸਮਾਜ ਨੂੰ ਇੱਕ ਕਰਦੇ ਆ ਇੱਕ ਨਵਾਂ ਜੀਵਨ ਇੱਕ ਨਵੀਂ ਜ਼ਿੰਦਗੀ ਸਤਿਗੁਰੂ ਦਾ ਅੰਮ੍ਰਿਤ ਬਖਸ਼ਿਸ਼ ਕਰਦਾ ਬੜਾ ਮਨ ਨਿਹਾਲ ਹੋਇਆ ਕਹਿੰਦਾ ਅੱਜ ਤੱਕ ਤੇ ਐਵੇਂ ਹੀ ਧੱਕੇ ਖਾਂਦਾ ਰਿਹਾ ਕਦੀ ਕਿਤੇ ਕਦੀ ਕੋਈ ਟਿਕਾ ਨਹੀਂ ਕੋਈ ਆਨੰਦ ਨਹੀਂ ਪਰ ਆਨੰਦਪੁਰ ਸਾਹਿਬ ਆਇਆ ਸਤਿਗੁਰੂ ਦੇ ਦਰ ਘਰ ਦਾ ਸਭ ਧਿਆਨ ਪਿੱਛੇ ਦਾ ਛੱਡ ਕੇ
ਇਹੋ ਜਿਹਾ ਮਨ ਦੇ ਅਸਰ ਹੋਇਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਾਹਮਣੇ ਗਿਆ, ਨਮਸਕਾਰ ਕੀਤੀ, ਕਹਿੰਦਾ ਮਹਾਰਾਜ ਜੀ ਆਪਣਾ ਬਣਾਓ। ਕਿਵੇਂ ਕਲਗੀਆਂ ਵਾਲਿਆ, ਅੰਮ੍ਰਿਤ ਦਿਆ ਦਾਤ ਆ, ਮੈਨੂੰ ਅੰਮ੍ਰਿਤ ਦੀ ਦਾਤ ਦੇ, ਮੈਨੂੰ ਗੁਰੂ ਵਾਲਾ ਬਣਾ ਦਿਓ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਭਾਈ ਹਾਲੇ ਸੇਵਾ ਕਰ, ਸੇਵਾ ਕਰ, ਕੋਈ ਨਹੀਂ ਥੋੜਾ ਚਿਰ ਵੇਖ ਲੈ, ਸੇਵਾ ਕਰ, ਸਿੱਖੀ ਕਮਾਉਣੀ ਪੈਂਦੀ ਹੈ, ਸਿੱਖੀ ਮੰਗਿਆ ਨਹੀਂ ਮਿਲਦੀ, ਇਹ ਨਹੀਂ ਇਹ ਮੰਗਣ ਜਾਂ ਦੇਣ ਦਾ ਵਿਸ਼ਾ ਨਹੀਂ, ਇਹ ਕਮਾਉਣ ਦਾ ਵਿਸ਼ਾ, ਕਮਾਉਣਾ ਪੈਂਦਾ। ਮਹਾਰਾਜ ਸੇਵਾ ਕਿਹੜੀ ਕਰਾਂ, ਮਹਾਰਾਜ ਕਹਿੰਦੇ ਤੂੰ ਕੰਮ ਕੀ ਕਰਦਾ, ਕਹਿੰਦਾ ਜੀ ਮੈਂ ਦਵਾਈਆਂ ਦੇਣਾ ਲੋਕਾਂ ਨੂੰ, ਵੈਦ ਆ, ਵੈਦ ਕੀ ਕਰਦਾ। ਸਤਿਗੁਰੂ ਕਹਿੰਦੇ ਫਿਰ ਕੰਮ ਸੇਵਾ ਇਹੀ ਕਰ ਜਿਹੜਾ ਕੰਮ ਤੂੰ ਜਾਣਦਾ, ਜ਼ਰੂਰੀ ਨਹੀਂ ਵੀ ਤੂੰ ਵੈਦ ਕੀ ਕਰ ਸਕਦਾ ਤੇ ਤੂੰ ਜਾ ਕੇ ਕਵੇ ਮੈਂ ਤੇ ਝਾੜੂ ਲਾਉਣਾ ਹੈ, ਕੰਮ ਤੈਨੂੰ ਕੋਈ ਵੱਡਾ ਹੁੰਦਾ, ਤੂੰ ਤੂੰ ਆਪਣੇ ਫੀਲਡ ਵਿੱਚ ਸੇਵਾ ਕਰ ਸਕਦਾ, ਆਪਣੇ ਜਿਹੜਾ ਤੇਰਾ ਖੇਤਾ ਉਹਦੇ ਵਿੱਚ ਜੇ ਵਕੀਲ ਹੈ ਤੇ ਵਕਾਲਤ ਦੀ ਸੇਵਾ ਉੱਥੇ ਕਰ ਸਕਦਾ, ਤੂੰ ਸੇਵਾ ਕਿਤੇ ਵੀ ਕੀਤੀ ਜਾ ਸਕਦੀ ਹੈ, ਜ਼ਰੂਰੀ ਨਹੀਂ। ਅੱਜ ਸਾਡੇ ਮਨਾਂ ਵਿੱਚ ਬੜਾ ਇਹ ਵਹਿਮ ਵੜਿਆ ਹੋਇਆ ਵੀ ਸੇਵਾ ਗੁਰਦੁਆਰੇ ਹੀ ਹੁੰਦੀ, ਜਿਹੜੀ ਗੁਰਮਤ ਦੇ ਅਨੁਸਾਰ ਸੇਵਾ ਨਾ ਉਹ ਤੇ ਸਮਾਜ ਵਿੱਚ ਰਹਿੰਦੇ ਹਾਂ, ਇੱਥੇ ਤੇ ਅਸੀਂ ਵਿਦਿਆ ਪੜ੍ਹਨ ਆਉਂਦੇ ਹਾਂ, ਸਕੂਲਾਂ ਦੇ ਬਾਹਰ ਲਿਖਿਆ ਹੁੰਦਾ ਨਾ ਸਿੱਖਣ ਲਈ ਆਓ ਸੇਵਾ ਲਈ ਜਾਓ, ਇੱਦਾਂ ਹੀ ਸਤਿਗੁਰੂ ਦੇ ਘਰ ਦਾ ਵੀ ਇਹ ਸਿਧਾਂਤ ਹੈ, ਇੱਥੇ ਸਿੱਖਣ ਲਈ ਆਉਣਾ ਹੈ ਮਨੁੱਖਤਾ ਦੀ ਸੇਵਾ ਕਿੱਦਾਂ ਕਰਨੀ ਹੈ, ਸੇਵਾ ਲਈ ਸੇਵਾ ਸਮਾਜ ਵਿੱਚ ਹੀ ਕਰਨੀ ਹੈ। ਜਿਹੜੇ ਕਾਲਜ ਵਿੱਚ ਬੱਚਾ ਪੜ੍ਹਾਈ ਕਰਦਾ ਉੱਥੇ ਨੌਕਰੀ ਉੱਥੇ ਨਹੀਂ ਕਰਦਾ, ਨੌਕਰੀ ਤਾਂ ਸਮਾਜ ਵਿੱਚ ਕਰਦਾ ਜਾ ਕੇ। ਇਸੇ ਤਰ੍ਹਾਂ ਆਪਾਂ ਇੱਥੇ ਸੇਵਾ ਕਿਵੇਂ ਕਰਨੀ ਹੈ, ਆਪਾਂ ਸਿੱਖਣ ਆਉਣਾ ਹੈ, ਸੇਵਾ ਆਪਾਂ ਸਮਾਜ ਵਿੱਚ ਹੀ ਕਰਨੀ ਹੈ, ਹਰ ਸਮੇਂ ਕਰਦੇ ਰਹਿਣਾ, ਜਿਹੜੇ ਤਰੀਕੇ ਕਰ ਸਕਦੇ ਹਾਂ ਉਸ ਤਰੀਕੇ ਕੀਤੀ ਜਾ ਸਕਦੀ ਹੈ। ਇਹ ਬੜਾ ਵੱਡਾ ਭਰਮ ਹੈ ਕਿ ਨਹੀਂ ਜੀ ਗੁਰਦੁਆਰੇ ਜਾ ਕੇ ਝਾੜੂ ਲਾ ਲਿਆ, ਸਫਾਈ ਕਰ ਲਈ, ਇਹ ਸੇਵਾ ਹੈ। ਜਦੋਂ ਮੈਂ ਆਪਣੀ ਕੁਰਸੀ ਤੇ ਆ ਕੇ ਬੈਠਾ, ਆਪਣੇ ਦਫ਼ਤਰ ਵਿੱਚ ਬੈਠਾ, ਉੱਥੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ, ਉਹ ਸੇਵਾ ਪ੍ਰਵਾਨ ਨਹੀਂ। ਤੂੰ ਉੱਥੇ ਬਹਿ ਕੇ ਸੇਵਾ ਕਰ, ਪਰਮੇਸ਼ੁਰ ਨੂੰ ਧਿਆਨ ਵਿੱਚ ਰੱਖ, ਰੱਬ ਨੂੰ ਹਰ ਕੰਮ ਕਰਦਿਆਂ ਯਾਦ ਰੱਖ, ਤੇਰਾ ਹਰ ਕੰਮ ਹੀ ਸੇਵਾ ਬਣ ਜਾਏਗਾ, ਹਰ ਕੰਮ ਸੇਵਾ ਬਣ ਸਕਦਾ ਹੈ ਜੇ ਰੱਬ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਵੇ। ਕੋਈ ਗਲਤ ਦੋ ਨੰਬਰ ਦਾ ਕੰਮ ਨਾ ਕਰੇ, ਚੇਤੇ ਰੱਖ ਵੀ ਪਰਮੇਸ਼ਰ ਮੇਰੇ ਨੇੜੇ ਹੀ ਹੈ, ਮੈਨੂੰ ਵੇਖਦਾ। ਦੁਕਾਨ ਵਾਲਾ ਵੱਧ ਨਾ ਤੋਲੇ, ਧਰਮ ਵਾਲਾ ਬੰਦਾ ਕਿਸੇ ਨੂੰ ਗਲਤ ਰਾਏ ਨਾ ਪਾਵੇ, ਵਹਿਮਾਂ 'ਚ ਨਾ ਪਾਵੇ, ਹਰ ਥਾਂ ਸੇਵਾ ਕੀਤੀ ਜਾ ਸਕਦੀ ਹੈ। ਪਰ ਇਹ ਬੜਾ ਵੱਡਾ ਆਪਾਂ ਇਹ ਹਊਆ ਬਣਾਇਆ ਵੀ ਨਹੀਂ ਜੀ ਸੇਵਾ ਤੇ ਗੁਰਦੁਆਰੇ ਹੋਣੇ। ਸਤਿਗੁਰੂ ਕਹਿੰਦੇ ਸੁਜਾਨ ਚੰਦ ਸੇਵਾ ਕਰ, ਮਹਾਰਾਜ ਕਿਹੜੀ, ਕਹਿੰਦੇ ਕੰਮ ਕਿਹੜਾ ਕਰ ਸਕਦਾ, ਕਹਿੰਦਾ ਜੀ ਮੈਂ ਤੇ ਵੈਦ ਆ। ਫਿਰ ਕਹਿੰਦੇ ਵੈਦਗੀ ਦੀ ਸੇਵਾ ਕਰ, ਦੇ ਦਵਾਈਆਂ ਲੋਕਾਂ ਨੂੰ ਫ੍ਰੀ ਸੇਵਾ ਕਰ, ਸਤ ਬਚਨ। ਮਹਾਰਾਜ ਕਰਾਂ ਕਿੱਥੇ, ਕਿਤੇ ਕਰ ਲੈ ਜਿੱਥੇ ਤੈਨੂੰ ਮੰਜ਼ਿਲ ਤੇਰੀ ਮਿਲ ਜਾਏ, ਜਿੱਥੇ ਲੋੜ ਹੋਵੇ ਜਿਸ ਇਲਾਕੇ ਵਿੱਚ ਸੇਵਾ ਕਰ, ਸਤ ਬਚਨ। ਤੇ ਜਾਣ ਲੱਗੇ ਨੂੰ ਮਹਾਰਾਜ ਕਹਿੰਦੇ ਨੇ ਜਿੰਨਾ ਚਿਰ ਬੁਲਾਈਏ ਨਾ ਵਾਪਸ ਨਾ ਆਵੀਂ, ਸੇਵਾ ਕਰਦਾ ਰਵੀਂ। ਹੁਕਮ ਹੋ ਗਿਆ ਸੇਵਾ ਕਰਨ ਦਾ। ਫਿਰ ਚਲਿਆ ਗਿਆ, ਇੱਕ ਇਲਾਕੇ ਵਿੱਚ ਪਹੁੰਚਿਆ, ਉਹ ਇਲਾਕੇ ਵਾਲਿਆਂ ਨੂੰ ਕਹਿੰਦਾ ਵੀ ਮੈਨੂੰ ਗੁਰੂ ਗੋਬਿੰਦ ਸਿੰਘ ਨੇ ਭੇਜਿਆ ਹੈ, ਮੈਂ ਵੈਦ ਹਾਂ, ਹਕੀਮ ਹਾਂ, ਮੈਨੂੰ ਹੁਕਮ ਹੋਇਆ ਸੇਵਾ ਕਰਨ ਦਾ। ਉਹ ਕਹਿੰਦੇ ਫਿਰ ਸਾਡੇ ਇਲਾਕੇ ਵਿੱਚ ਸੇਵਾ ਕਰੋ, ਸਾਡੇ ਨੇੜੇ ਤੇੜੇ ਵੈਦ ਨਹੀਂ ਹਕੀਮ ਨਹੀਂ ਕੋਈ ਹੈ, ਇੱਥੇ ਸੇਵਾ ਕਰੋ। ਉਹਨਾਂ ਨੇ ਇੱਕ ਜਗ੍ਹਾ ਦੇ ਦਿੱਤੀ, ਥੋੜ੍ਹੀ ਜਿਹੀ ਪਿੰਡ ਦੇ ਪਾਸੇ ਇੱਕ ਜਗ੍ਹਾ ਬਣੀ ਹੋਈ ਹੈ, ਝੌਂਪੜੀ ਬਣੀ ਹੈ, ਛੰਨ ਬਣੀ, ਉੱਥੇ ਕਹਿੰਦੇ ਇੱਥੇ ਰਹੋ ਜੀ ਤੁਸੀਂ ਸੇਵਾ ਕਰੋ। ਹੁਣ ਉੱਥੇ ਰਹਿਣ ਲੱਗ ਪਿਆ ਸੁਜਾਨ ਚੰਦ। ਹੁਣ ਜਾਂਦਾ ਹੈ, ਜੜੀਆਂ ਬੂਟੀਆਂ ਇਕੱਠੀਆਂ ਕਰਕੇ ਲੈ ਕੇ ਆਉਂਦਾ ਹੈ, ਉਹਨਾਂ ਨੂੰ ਕੁੱਟ ਕੇ ਪੀਸ ਕੇ ਦਵਾਈਆਂ ਬਣਾਉਂਦਾ, ਲੋਕਾਂ ਨੂੰ ਦਵਾਈਆਂ ਵੰਡਦਾ। ਇਲਾਕੇ ਵਾਲੇ ਲੋਕ ਜਿਹੜਾ ਕੋਈ ਬਿਮਾਰ ਹੋਣਾ ਇਹਦੇ ਕੋਲ ਦਵਾਈਆਂ ਲੈਣ ਆਉਣ ਲੱਗ ਪਏ। ਇੱਕ ਮਹੀਨਾ ਲੰਘ ਗਿਆ, ਦੋ ਮਹੀਨੇ ਲੰਘ ਗਏ, ਤਿੰਨ ਮਹੀਨੇ, ਛੇ ਮਹੀਨੇ ਸੇਵਾ ਕਰਦੇ, ਸਾਲ ਇੱਕ ਲੰਘ ਗਿਆ ਪੂਰਾ ਸੇਵਾ ਕਰਦਾ ਹੈ। ਇੱਕ ਵਾਰੀ ਦਰਸ਼ਨ ਕੀਤੇ ਗੁਰੂ ਗੋਬਿੰਦ ਸਿੰਘ ਦੇ, ਇੱਕੋ ਵਾਰੀ, ਇਹੋ ਜਿਹਾ ਮਨ ਵਿੱਚ ਪਿਆਰ ਬਣ ਗਿਆ, ਇਹ
ਪਿਆਰ ਦਾ ਚਸ਼ਮਾ ਇਹੋ ਜਿਹਾ ਹੈ, ਫੁੱਟ ਪਵੇ ਇੱਕ ਮਿੰਟ ਵਿੱਚ, ਨਾ ਫੁੱਟੇ ਸਾਰੀ ਜ਼ਿੰਦਗੀ ਨਾਲ। ਪ੍ਰੇਮ ਗੁਰੂ ਨਾਲ ਬਣ ਜਾਏ, ਇੱਕ ਵਾਰ ਸੰਗਤ ਕਰਕੇ ਹੀ ਬਣ ਜਾਏ, ਭਾਵੇਂ ਸਾਰੀ ਜ਼ਿੰਦਗੀ ਕਈ ਕਰਦੇ ਰਹਿੰਦੇ ਨੇ ਪਰ ਕੰਮ ਨਹੀਂ ਬਦਲਦੇ ਉਹਨਾਂ ਦੇ, ਪਿਆਰ ਨਹੀਂ ਬਣਦਾ ਗੁਰੂ ਦੇ ਨਾਲ, ਗੁਰੂ ਦੇ ਬਚਨਾਂ ਦੇ ਨਾਲ, ਕੰਮ ਉਹੀ ਰਹਿੰਦੇ ਨੇ। ਬਸ ਇੱਕ ਕੰਨ ਰਸ ਕਰਕੇ ਉਹ ਕਹਿੰਦੇ ਸਾਨੂੰ ਤਾਂ ਇੰਨਾ ਚਿਰ ਹੋ ਗਿਆ ਸੰਗਤ ਕਰਦੇ, ਜੇ ਤਬਦੀਲੀ ਕੋਈ ਨਾ ਆਵੇ ਫਿਰ ਫਾਇਦਾ ਨਹੀਂ। ਜੇ ਮਨ ਦੀ ਮਰਜ਼ੀ ਕਰਨੀ ਨਾ ਛੱਡੀ ਫਿਰ ਕੀ ਫਾਇਦਾ। ਪੜਿਓ ਜਰਾ, ਸਤ ਸੰਗਤ ਤਾਂ ਕਰਨੀ ਹੈ ਵੀ ਮਨ ਸੱਚ ਦੀ ਸੰਗਤ ਕਰਨ ਲੱਗ ਜਾਏ, ਕੁਛ ਤਬਦੀਲੀ ਆਵੇ, ਕੁਛ ਬਦਲੇ। ਜੇ ਕਰਨੀ ਮਨ ਦੀ ਮਰਜ਼ੀ, ਵਿਚਾਰ ਬਦਲ ਜਾਣ, ਫਾਇਦਾ ਤਾਂ ਹੈ। ਵੈਦ ਸਜਾਨ ਚੰਦ ਨੇ ਕੋਈ ਬਹੁਤੇ ਲੰਬੇ ਭਾਸ਼ਣ ਨਹੀਂ ਸੁਣੇ, ਬਹੁਤਾ ਲੰਬਾ ਉਪਦੇਸ਼ ਨਹੀਂ, ਇੱਕ ਵਾਰੀ ਸੰਗਤ ਕੀਤੀ ਤੇ ਬਦਲ ਗਿਆ, ਮਨ ਨੇ ਅਸਰ ਕਬੂਲ ਲਿਆ, ਵਾਪਸ ਆਇਆ। ਜਦੋਂ ਸੇਵਾ ਕਰਦਾ ਹੈ ਹੁਕਮ ਮੰਨਦਾ ਸਤਿਗੁਰੂ, ਸਾ ਸੇਵਾ ਕੀਤੀ ਸਫਲ ਹੈ ਜਦ ਸਤਿਗੁਰ ਕਾ ਮਨ ਮੰਨੇ। ਇਹ ਨਹੀਂ ਕਿ ਆਪਣਾ ਹੀ ਮਨ ਮੰਨਿਆ ਆਪਾਂ ਸੇਵਾ ਕਰੀ ਜਾਈਏ, ਸੇਵਾ ਥੋੜ੍ਹੀ ਕਰੀਏ ਨੁਕਸਾਨ ਬਹੁਤਾ ਕਰ ਦਈਏ, ਉਹ ਸੇਵਾ ਜਿਹਦੇ ਵਿੱਚ ਗੁਰੂ ਦਾ ਮਨ ਮੰਨ ਜਾਏ, ਮਨ ਗੁਰੂ ਦਾ ਖੁਸ਼ ਹੋ ਜਾਏ। ਹੁਣ ਸਾਲ ਹੋ ਗਿਆ ਦਰਸ਼ਨ ਕੀਤੇ ਸਨ, ਸਾਲ ਲੰਘ ਗਿਆ ਪੂਰਾ, ਸਤਿਗੁਰੂ ਦੇ ਦਰਸ਼ਨ ਨਹੀਂ ਹੋਏ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, 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 ਮਨ ਲੋਚੈ ਗੁਰ ਦਰਸ਼ਨ ਤਾਈ। ਇਲਮ ਕਰੈ ਚਾਤਰ ਕੀ ਨਿਆਈ, ਕਰੈ ਚਾਤਰ ਕੀ ਨਿਆਈ।
ਉਤਰੈ ਚਾਤ੍ਰਿਤ ਕੀ ਨਿਆ ਰੇਖਾ ਨਾ ਉਤਰੈ ਸ਼ਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀ ਮਨ ਲੋਚਦਾ ਕਹਿੰਦਾ ਸਤਿਗੁਰੂ ਦੇ ਦਰਸ਼ਨ ਕਦੋਂ ਹੋਣਗੇ ਉਡੀਕਦਾ ਰਹਿੰਦਾ ਇੱਕ ਸਾਲ ਲੰਘ ਗਿਆ ਡੇਢ ਸਾਲ ਲੰਘ ਗਿਆ ਦਰਸ਼ਨ ਨਹੀਂ ਹੋਏ ਫਿਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਉੱਧਰ ਆਉਣ ਦਾ ਸਤਿਗੁਰੂ ਦਾ ਪ੍ਰੋਗਰਾਮ ਬਣਿਆ ਉਸ ਇਲਾਕੇ ਵਿੱਚ ਜਿੱਥੇ ਸੁਜਾਨ ਚੰਦ ਸੇਵਾ ਕਰਦਾ ਸੀ ਖਬਰ ਆਈ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਫਲਾਣੇ ਦਿਨ ਆਹ ਵਾਲੇ ਦਿਨ ਇਸ ਇਲਾਕੇ ਵਿੱਚ ਆਉਣਾ ਚਰਨ ਪਾਉਣੇ ਜਦੋਂ ਵੈਦ ਸੁਜਾਨ ਚੰਦ ਨੂੰ ਖਬਰ ਪਤਾ ਲੱਗੀ ਤੇ ਚਾਅ ਚੜ ਗਿਆ ਬੜਾ ਚਾਅ ਹੈ ਸਤਿਗੁਰੂ ਨੇ ਇਸ ਪਾਸੇ ਆਉਣਾ ਪਹਿਲਾਂ ਵੀ ਉਸ ਰਾਹ ਦੇ ਉੱਤੇ ਜਿਹੜਾ ਅਨੰਦਪੁਰ ਸਾਹਿਬ ਨੂੰ ਜਾਣ ਵਾਲਾ ਰਾਹ ਸੀ ਨਾ ਉਸ ਰਾਹ ਤੇ ਖੜਾ ਰਹਿਣਾ ਸੰਗਤਾਂ ਵਾਸਤੇ ਜਲ ਦਾ ਪ੍ਰਬੰਧ ਕਰਕੇ ਛਬੀਲ ਲਾ ਕੇ ਆਉਣ ਜਾਣ ਵਾਲਿਆਂ ਨੂੰ ਜਲ ਛਕਾਉਣਾ ਨਾਲੇ ਕਹਿਣਾ ਅਨੰਦਪੁਰ ਸਾਹਿਬ ਜੀ ਨੇ ਜਾਣਾ ਹਰ ਜਾਣ ਵਾਲੇ ਨੂੰ ਕਹਿਣਾ ਮੇਰੀ ਫਤਿਹ ਗੁਰੂ ਗੋਬਿੰਦ ਸਿੰਘ ਨੂੰ ਬੁਲਾਇਓ ਉੱਥੋਂ ਜਿਹੜਾ ਵੀ ਆਵੇ ਪੁੱਛਣਾ ਸਤਿਗੁਰੂ ਕੀ ਕਹਿੰਦੇ ਸਨ ਕੀ ਬਚਨ ਸੁਣ ਕੇ ਆਏ ਹੁਣ ਪਿਆਰ ਹੈ ਨਾ ਪਿਆਰ ਦੀ ਖੇਡ ਹਰ ਗੱਲ ਹੀ ਚੰਗੀ ਲੱਗਦੀ ਹੈ ਸਤਿਗੁਰੂ ਦੇ ਬਚਨ ਸੁਣਨੇ ਕੀ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਔਰ ਬਚਨ ਸੁਣ ਕੇ ਮਨ ਬੜਾ ਖੁਸ਼ ਹੁੰਦਾ ਨਿਹਾਲ ਹੁੰਦਾ ਹੁਣ ਪਤਾ ਲੱਗ ਗਿਆ ਗੁਰੂ ਗੋਬਿੰਦ ਸਿੰਘ ਨੇ ਇੱਧਰ ਆਉਣਾ ਤੇ ਚਾਅ ਬੜਾ ਚੜਿਆ ਦਰਸ਼ਨ ਕਰਾਂਗਾ ਬੜੇ ਚਿਰ ਪਿੱਛੋਂ ਸਤਿਗੁਰੂ ਦੇ ਦਰਸ਼ਨ ਹੋਣਗੇ ਜਿਹੜੇ ਦਿਨ ਗੁਰੂ ਗੋਬਿੰਦ ਸਿੰਘ ਨੇ ਆਉਣਾ ਉਹ ਦਿਨ ਆ ਗਿਆ ਵੈਦ ਸੁਜਾਨ ਚੰਦ ਹੋਰਾਂ ਸੰਗਤਾਂ ਨੂੰ ਨਾਲ ਲੈ ਕੇ ਰਸਤੇ ਵਿੱਚ ਖੜਾ ਸਾਰੇ ਰਾਹ ਵਿੱਚ ਬੜੀ ਵਧੀਆ ਤਿਆਰੀ ਕੀਤੀ ਫੁੱਲ ਵਿਛਾ ਤੇ ਸਤਿਗੁਰੂ ਨੇ ਆਉਣਾ ਉੱਤੇ ਫੁੱਲਾਂ ਦੀ ਵਰਖਾ ਕਰਾਂਗੇ ਬੜੇ ਚਾਅ ਦੇ ਨਾਲ ਬੜੇ ਪਿਆਰ ਦੇ ਨਾਲ ਸਤਿਗੁਰੂ ਦੀ ਉਡੀਕ ਕਰਦਾ ਬਲਿਹਾਰੇ ਸਤਿਗੁਰੂ ਕਿਹੜੇ ਵੇਲੇ ਆਉਣਗੇ ਉਹ ਦਿਨ ਆਇਆ ਜਿੱਦਣ ਸਤਿਗੁਰੂ ਨੇ ਆਉਣਾ ਰਾਹ ਤੇ ਖੜਾ ਹੈ ਬੜੀ ਸੰਗਤ ਕਲਗੀਧਰ ਦੇ ਦਰਸ਼ਨ ਕਰਨ ਰਾਹ ਵਿੱਚ ਖੜੀ ਚਾਅ ਬੜਾ ਹੈ ਸਾਰਿਆਂ ਦੇ ਮਨ ਵਿੱਚ
ਉਧਰੋਂ ਨਗਾਰੇ ਦੀ ਚੋਟ ਲੱਗੀ, ਬੜੇ ਸਮੇਂ ਦੇ ਉਡੀਕਦੇ ਨਗਾਰਾ ਵੱਜਿਆ, ਨਗਾਰੇ ਦੀ ਆਵਾਜ਼ ਸੁਣੀ ਤੇ ਮਨ ਵਿੱਚ ਚਾਅ ਚੜ੍ਹਨ ਲੱਗ ਪਿਆ, ਉਹ ਆ ਕੇ ਕਲਗੀਧਰ। ਦੂਰੋਂ ਨਿਸ਼ਾਨ ਸਭ ਝੂਲਦੇ ਦਿਸਦੇ ਨੇ, ਅੱਗੇ ਅੱਗੇ ਨਿਸ਼ਾਨ ਜੀ ਸਿੰਘ ਨੇ। ਇਹੋ ਜਿਹੀ ਠਾਠ ਪਾਠ ਰਾਜਿਆਂ ਮਹਾਰਾਜਿਆਂ ਦੀ ਵੀ ਨਹੀਂ, ਜੋ ਗੁਰੂ ਦੇ ਖਾਲਸੇ ਦੀ ਸਤਿਗੁਰੂ ਦੀ। ਦੂਰੋਂ ਵੇਖਦਾ ਹੈ ਉਹ ਗੁਰੂ ਗੋਬਿੰਦ ਸਿੰਘ ਆ ਗਏ, ਨਗਾਰੇ ਦੀ ਆਵਾਜ਼ ਸੁਣਦੀ, ਹਾਲੇ ਸਤਿਗੁਰੂ ਇਹਦੀਆਂ ਅੱਖਾਂ ਦੇ ਸਾਹਮਣੇ ਨਹੀਂ ਆਏ। ਇੰਨੇ ਨੂੰ ਇੱਕ ਨੇ ਦੀ ਬਾਂਹ ਹਿਲਾਈ ਆ ਕੇ, ਵੈਦ ਜੀ ਮੇਰੀ ਗੱਲ ਸੁਣੋ। ਕੌਣ ਹੈ? ਇੱਕ ਛੋਟਾ ਜਿਹਾ ਬੱਚਾ ਕਹਿੰਦਾ, ਵੈਦ ਜੀ ਮੇਰੀ ਮਾਂ ਬੜੀ ਬਿਮਾਰ ਹੈ, ਛੇਤੀ ਮੇਰੇ ਨਾਲ ਚੱਲੋ ਨਹੀਂ ਤੇ ਮੇਰੀ ਮਾਂ ਮਰ ਜਾਏਗੀ, ਬੜੀ ਬਿਮਾਰ ਹੈ। ਤੇ ਵੈਦ ਸੁਜਾਨ ਚੰਦ ਕਹਿੰਦਾ, ਖਲੋਜਾ ਕਾਕਾ, ਉਹ ਆ ਗਏ ਸਤਿਗੁਰੂ ਆਉਣਗੇ, ਮੈਂ ਦਰਸ਼ਨ ਕਰਨਾਗਾ, ਸਤਿਗੁਰੂ ਅੱਗੇ ਚਲੇ ਜਾਣਗੇ, ਮੈਂ ਤੇਰੇ ਨਾਲ ਚੱਲ ਪਾਂਗਾ। ਉਹ ਕਹਿੰਦਾ, ਵੈਦ ਜੀ ਜੇ ਤੁਸੀਂ ਹੁਣ ਲੇਟ ਕਰ ਦਿੱਤਾ ਤੇ ਮੇਰੀ ਮਾਂ ਮਰ ਜਾਏਗੀ, ਮੇਰੇ ਨਾਲ ਪਹਿਲਾਂ ਚੱਲੋ ਦਰਸ਼ਨ ਫੇਰ ਕਰ। ਹੁਣ ਦੁਚਿੱਤੀ ਵਿੱਚ ਪੈ ਗਿਆ, ਕੀ ਕਰਾਂ, ਅੱਗੇ ਕਿੰਨੇ ਸਮੇਂ ਬਾਅਦ ਦਰਸ਼ਨ ਹੋਏ ਨੇ, ਫੇਰ ਪਤਾ ਨਹੀਂ ਦਰਸ਼ਨ ਹੋਣਗੇ ਕਿ ਨਹੀਂ ਹੋਣਗੇ। ਹੁਕਮ ਹੈ ਨਾਲੇ ਵੀ ਜਿੰਨਾ ਚਿਰ ਬੁਲਾਉਂਦੇ ਨਹੀਂ ਆਵੀ ਵੀ ਨਾ, ਹੁਣ ਕਰਾਂਗੀ। ਫਿਰ ਸੋਚਦਾ ਵੀ ਗੁਰੂ ਨੇ, ਸਤਿਗੁਰੂ ਨੇ ਜੇ ਮੈਂ ਸਾਹਮਣੇ ਚੱਲਿਆ ਵੀ ਗਿਆ, ਮਹਾਰਾਜ ਕਹਿਣਗੇ ਕੋਈ ਤੈਨੂੰ ਤੇ ਹੁਕਮ ਸੀ ਸੇਵਾ ਕਰਨ ਦਾ, ਤੂੰ ਇੱਧਰ ਆ ਗਿਆ। ਸਤਿਗੁਰੂ ਨੇ ਕਹਿਣਾ ਦਰਸ਼ਨ ਤੇ ਤੂੰ ਫੇਰ ਵੀ ਕਰ ਲੈਂਦਾ, ਪਹਿਲਾਂ ਆਪਣਾ ਫਰਜ਼ ਨਿਭਾਉਣਾ ਸੀ, ਜਿਹੜਾ ਜਿਹੜੀ ਸੇਵਾ ਸੀ ਤੇਰੀ, ਤੂੰ ਕਿਸੇ ਦੀ ਜਾਨ ਨਹੀਂ ਬਚਾਈ, ਉਹ ਤੂੰ ਕਿਸੇ ਮਰੀਜ਼ ਨੂੰ ਛੱਡ ਕੇ ਇੱਥੇ ਆ ਗਿਆ ਮੇਰੇ ਦਰਸ਼ਨ ਕਰਨ, ਉੱਥੇ ਉਹਦੀ ਜਾਨ ਨਿਕਲ ਗਈ, ਫਿਰ ਫਾਇਦਾ ਨਹੀਂ। ਆਪਣਾ ਪਹਿਲਾਂ ਫਰਜ਼ ਨਿਭਾਉਣਾ। ਸੁਜਾਨ ਚੰਦ ਕਹਿੰਦਾ ਵੀ ਨਹੀਂ ਕੋਈ ਗੱਲ ਨਹੀਂ, ਫਿਰ ਦਰਸ਼ਨ ਹੋ ਜਾਣਗੇ। ਮਨ ਤੇ ਦਿਲ ਤੇ ਪੱਥਰ ਰੱਖ ਲਿਆ, ਕਹਿੰਦਾ ਚੱਲ ਤੇਰੇ ਨਾਲ ਚੱਲ। ਉਹ ਬੱਚੇ ਦੇ ਨਾਲ ਉਹਦੇ ਘਰ ਚਲਿਆ ਗਿਆ, ਉਹਦੀ ਮਾਤਾ ਨੂੰ ਦਵਾਈ ਦਿੱਤੀ, ਉਹਦਾ ਇਲਾਜ ਕੀਤਾ। ਜ਼ਿਆਦਾ ਬਿਮਾਰ ਸੀ, ਇਲਾਜ ਕਰਦਿਆਂ ਸਮਾਂ ਵੱਧ ਲੱਗ ਗਿਆ। ਜਦੋਂ ਵਾਪਸ ਆਇਆ, ਦਵਾਈ ਦੇ ਕੇ ਵਾਪਸ ਮੁੜਿਆ, ਉਸ ਰਾਹ ਤੇ ਭੱਜ ਕੇ ਆਇਆ, ਮੈਂ ਛੇਤੀ ਦਰਸ਼ਨ ਕਰ ਲਵਾਂ। ਉਹ ਰਾਹ ਤੇ ਫੁੱਲ ਦੇ ਵਿਸ਼ੇ ਨੇ, ਪਰ ਉਹਨਾਂ ਨੂੰ ਵੇਖ ਕੇ ਇੱਦਾਂ ਲੱਗਦਾ ਵੀ ਇਹਨਾਂ ਦੇ ਉੱਤੋਂ ਕੋਈ ਲੰਘ ਚੁੱਕਿਆ। ਬਸ ਉਸੇ ਵੇਲੇ ਧਰਤੀ ਤੇ ਡਿੱਗ ਪਿਆ, ਰੋਣ ਲੱਗ ਪਿਆ। ਪਿਆਰ ਹੈ ਮਹਾਰਾਜ, ਸਮਾਂ ਆਇਆ ਵੀ ਪਰ ਮੇਰੇ ਕਰਮ ਮਾੜੇ, ਮੈਨੂੰ ਦਰਸ਼ਨ ਨਹੀਂ ਹੋਏ। ਬਿਨਾਂ ਭਾਗਾਂ ਤੋਂ ਗੱਲ ਨਹੀਂ ਬਣਦੀ ਮਹਾਰਾਜ, ਮੇਰੇ ਭਾਗ ਮਾੜੇ। ਏਦਾਂ ਆਪਣੇ ਆਪ ਨਾਲ ਕਰਦਾ, ਨਾਲੇ ਵਿਰਾਗ ਕਰਦਾ, ਰੋਈ ਜਾਂਦਾ। ਥੋੜਾ ਸਮਾਂ ਉੱਥੇ ਬੈਠਾ ਰਿਹਾ, ਫਿਰ ਉੱਠਿਆ, ਕੋਈ ਨੀ ਫਿਰ ਸੇਵਾ ਵਿੱਚ ਲੱਗ ਜਾਂਦਾ। ਜਾ ਕੇ ਸ਼ਾਮਾਂ ਪੈ ਗਈਆਂ, ਹਨੇਰਾ ਹੋਣ ਵਾਲਾ ਹੈ, ਸਤਿਗੁਰੂ ਦੇ ਦਰਸ਼ਨ ਇਹਨੂੰ ਨਹੀਂ ਹੋਏ। ਉੱਥੋਂ ਉੱਠਿਆ, ਆਪਣੀ ਝੌਂਪੜੀ ਵੱਲ ਵਾਪਸ ਇਹਨੇ ਆਪਣੇ ਪੈਰ ਕਦਮ ਵਧਾਏ। ਜਦੋਂ ਆਪਣੀ ਝੌਂਪੜੀ ਦੇ ਨੇੜੇ ਪਹੁੰਚਦਾ ਹੈ, ਉਹ ਝੌਂਪੜੀ ਦੇ ਬਾਹਰ ਬੜੀ ਭੀੜ ਲੱਗੀ ਹੋਈ ਤੇ ਹੈਰਾਨੀ ਹੋਈ, ਕਹਿੰਦਾ ਮੇਰੀ ਝੌਂਪੜੀ ਦੇ ਬਾਹਰ, ਮੇਰੇ ਘਰ ਦੇ ਬਾਹਰ ਇੰਨੀ ਭੀੜ ਲੱਗੀ ਹੈ, ਲੱਗਦਾ ਕੋਈ ਬਹੁਤਾ ਬਿਮਾਰ ਕੋਈ ਮਰੀਜ਼ ਲੈ ਕੇ ਆਏ ਹੋਣਗੇ। ਭੀੜ ਨੂੰ ਚੀਰਦਾ ਅੱਗੇ ਵੱਧਦਾ ਹੈ, ਮੈਂ ਵੇਖਾਂ ਕੌਣ ਹੈ ਇੰਨਾ, ਕੌਣ ਆਇਆ ਹੈ, ਕੋਈ ਬਿਮਾਰ ਹੋਏਗਾ ਕਿਸੇ ਨੂੰ ਲੈ ਕੇ ਆਏ ਹੋਣਗੇ, ਕੋਈ ਜ਼ਿਆਦਾ ਸੱਟ ਲੱਗ ਗਈ ਹੋਏਗੀ ਜਾਂ ਜ਼ਿਆਦਾ ਬਿਮਾਰ ਹੋਏਗਾ। ਭੀੜ ਨੂੰ ਚੀਰ ਕੇ ਜਦੋਂ ਅੰਦਰ ਅੱਗੇ ਗਿਆ, ਆਪਣੀ ਝੌਂਪੜੀ ਦੇ ਅੰਦਰ ਕੀ ਵੇਖਦਾ ਹੈ, ਜਿਹੜੀ ਥਾਂ ਤੇ ਬਹਿ ਕੇ ਲੋਕਾਂ ਨੂੰ ਦਵਾਈਆਂ ਵੰਡਦਾ, ਉੱਥੇ ਗੁਰੂ ਗੋਬਿੰਦ ਸਿੰਘ ਬੈਠੇ ਹੋਏ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਸੇ ਥਾਂ ਤੇ ਬੈਠੇ ਹੋਏ ਨੇ। ਜਦੋਂ ਇਹਨੇ ਵੇਖਿਆ, ਕਹਿੰਦਾ ਮਹਾਰਾਜ ਕਲਗੀਧਰ ਕਹਿੰਦੇ ਆਓ ਵੈਦ ਜੀ ਤੁਹਾਨੂੰ ਹੀ ਲੈਣ ਵਾਸਤੇ। ਇਹ ਕਹਿੰਦਾ ਸੀ ਮੈਨੂੰ ਦਰਸ਼ਨ ਨਹੀਂ ਹੋਏ, ਸਤਿਗੁਰੂ ਕਹਿੰਦੇ ਵੈਦ ਜੀ ਤੁਹਾਨੂੰ ਲੈਣ ਵਾਸਤੇ ਆਏ ਹਾਂ, ਚਲੋ ਸਾਡੇ ਨਾਲ ਆਨੰਦਪੁਰ ਸਾਹਿਬ। ਬਸ ਫਿਰ ਚਰਨਾਂ ਤੇ ਸਿਰ ਰੱਖ ਲਿਆ ਗਰੀਬ ਨਵਾਜ, ਕੋਈ ਨਹੀਂ ਤੁਹਾਡੇ ਵਰਗਾ। ਜੇ ਸੇਵਕ ਦੇ ਮਨ ਵਿੱਚ ਖਿੱਚ ਹੈ, ਜੇ ਸੇਵਕ ਦੇ ਮਨ ਵਿੱਚ ਪਿਆਰ ਹੈ ਨਾ, ਤੇ ਗੁਰੂ ਦੇ ਮਨ ਵਿੱਚ ਵੀ ਆਪਣੇ ਸਿੱਖ ਪ੍ਰਤੀ।
तेरे केड़े केड़े गुणा नू मैं गावा गरीबा नू निवाचन वालिया केड़े केड़े गुणा नू मैं गावा गरीबा नू निवाचन वालिया तेरे केड़े केड़े गुणा नू मैं गावा गरीबा नू निवाचन वालिया केड़े 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 गुणा नू मैं गावा गरीबा नू निवाचन वालिया केड़े 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 गुणा नू मैं गावा गरीबा नू निवाचन वालिया केड़े 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 गुणा नू मैं गावा गरीबा नू निवाचन वालिया कौन करे तेरे पाछो ऐसी कृपा ऐसी कृपा कौन करे तेरे पाछो ऐसी कृपा मेरा माथा छतर तर है जाकी शोत जगत को लागे तां पर तू ही डर है नीचो हो ऊंच करे मेरा गोविंद काहू ते ना डरे नामदेव कबीर तलोचन सदना सहन तरे कह रविदास सुनो रे संतो हर जियो ते सबे सरे कौन कर सकदा मारे तुहाडे बिना कोई नहीं करदा ਜੇ ਸੁਜਾਨ ਚੰਦ ਯਾਦ ਕਰਦਾ ਸੀ ਕਲਕੀਆਂ ਵਾਲੇ ਆਪ ਆ ਕੇ ਫਿਰ ਲੈਣ ਵਾਸਤੇ ਨਾਲ ਲੈ ਗਏ ਘੋੜੇ ਤੇ ਸਵਾਰ ਕੀਤਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਖੁਸ਼ ਹੋਏ ਕਲਕੀਆਂ ਵਾਲੇ ਕਹਿੰਦੇ ਨੇ ਵੈਦ ਜੀ ਮੰਗ ਲਓ ਕੀ ਮੰਗਦੇ ਹੋ ਤੁਹਾਡੀ ਸੇਵਾ ਤੋਂ ਖੁਸ਼ ਹੋ ਹੁਕਮ ਮੰਨ ਕੇ ਬਚਨ ਮੰਨ ਕੇ ਸੇਵਾ ਕੀਤੀ ਹੈ ਦੱਸ ਵੈਦਾ ਕੀ ਮੰਗਣਾ ਹੈ ਉਹੀ ਮੰਗ ਕਹਿੰਦਾ ਸੱਚੇ ਪਾਤਸ਼ਾਹ ਅੱਜ ਤੋਂ ਡੇਢ ਸਾਲ ਪਹਿਲਾਂ ਜਿਹੜੀ ਚੀਜ਼ ਮੰਗਦਾ ਸੀ ਨਾ ਕਿਰਪਾ ਕਰੋ ਉਹੀ ਦਾਤ ਦੇ ਦੇ ਕਿਹੜੀ ਮੈਨੂੰ ਆਪਣਾ ਬਣਾ ਲੈ
ਭਾਵੇਂ ਕਿਤੇ ਮੰਗੀਏ। ਮਹਾਰਾਜ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਭਰੋਸਾ ਦਾਨ ਰੋਜ਼ ਮੰਗਦੇ ਹਾਂ। ਸਿੱਖੀ ਦਾ ਦਾਨ ਸਾਨੂੰ ਦਿਓ। ਕਮਾਉਣੀ ਆਪ ਹੀ ਪੈਣੀ ਹੈ, ਚੱਲਣਾ ਇਸ ਰਾਹ ਤੇ ਆਪ ਹੀ ਪੈਣਾ, ਥੋੜੀ ਹਿੰਮਤ ਆਪਾਂ ਨੂੰ ਹੀ ਕਰਨੀ ਪੈਣੀ ਹੈ। ਪਰ ਆਓ ਮਨ ਬਣਾਓ ਭਾਈ, ਗੁਰੂ ਵਾਲੇ ਬਣੀ ਅੱਜ ਤੇ ਸੌਦਾ ਬੜਾ ਸਸਤਾ ਹੈ। ਨਾ ਕੋਈ ਸਾਡੇ ਸਿਰ ਮੰਗਦਾ ਹੈ, ਨਾ ਕੋਈ ਕਠਿਨ ਪ੍ਰੀਖਿਆ ਲੈਂਦਾ, ਨਾ ਕੋਈ ਕੋਈ ਔਖਾ ਨਹੀਂ ਕੰਮ ਅੱਜ, ਨਾ ਸਿਰ ਦੇਣ ਨੂੰ ਕੋਈ ਕਹਿੰਦਾ। ਬਸ ਆਪਣੀ ਮੱਤ ਸਤਿਗੁਰੂ ਦੇ ਚਰਨਾਂ ਅੱਗੇ ਰੱਖੀਏ, ਮਨ ਵੇਚਿਆ ਸਤਿਗੁਰ ਕੇ ਪਾਸ ਤੇ ਸਿਵ ਕੇ ਮਨ ਬਣਾਈਏ। ਬਸ ਆਪਣਾ ਸਤਿਗੁਰੂ ਦੇ ਚਰਨਾਂ ਨਾਲ, ਸਤਿਗੁਰੂ ਦੇ ਦਰ ਘਰ ਨਾਲ ਪ੍ਰੀਤ ਪਾਈਏ, ਦਾੜੀਆਂ ਠੇਸ ਰੱਖੀਏ, ਅੰਮ੍ਰਿਤਧਾਰੀ ਹੋਈਏ, ਗੁਰੂ ਵਾਲੇ ਬਣੇ, ਬਾਣੀ ਬਾਣੇ ਦੇ ਧਾਰਨੀ ਹੋਈਏ। ਧੰਨ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਹੋਰ ਤੇ ਟੇਕ ਨਾ ਰੱਖੀਏ। ਦੇਹਾਂ ਕਬਰਾਂ ਬੜੀਆਂ ਮੱਟਾਂ ਮਸਾਣਾਂ ਦੀ ਪੂਜਾ ਕਰਨੀ ਛੱਡੀਏ। ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਦੀਦਾਰ ਖਾਲਸਾ। ਵੈਦ ਸੁਜਾਨ ਚੰਦ, ਸਤਿਗੁਰੂ ਕਹਿੰਦੇ ਨੇ ਸੁਜਾਨ ਚੰਦ ਫਿਰ ਅੰਮ੍ਰਿਤ ਮੰਗਣਾ ਹੈ, ਤੂੰ ਸੇਵਾ ਕੀਤੀ ਹੈ, ਮਨ ਖੁਸ਼ ਹੋਇਆ, ਫਿਰ ਅੰਮ੍ਰਿਤ ਦੀ ਦਾਤ ਵੈਦ ਸੁਜਾਨ ਚੰਦ ਨੂੰ ਮਿਲੀ। ਸੁਜਾਨ ਚੰਦ ਤੋਂ ਬਣ ਗਿਆ ਸੁਜਾਨ ਸਿੰਘ, ਫਿਰ ਸਤਿਗੁਰੂ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕਰਦਾ ਰਿਹਾ, ਆਪਣੀ ਜ਼ਿੰਦਗੀ ਸਤਿਗੁਰੂ ਦੇ ਲੇਖੇ ਲਾਈ। ਆਓ ਸਾਡਾ ਵੀ ਗੁਰੂ ਨਾਲ ਪਿਆਰ ਦਾਦੀ ਹੈ, ਸਤਿਗੁਰੂ ਦੇ ਬਚਨ ਮੰਨੀਏ। ਤੇ ਸਤਿਗੁਰੂ ਦਾ ਹੁਕਮ ਕੀ ਹੈ, ਪੀਵੋ ਪਹੁਲ ਖੰਡੇ ਧਾਰ ਹੋਏ ਜਨਮ ਜਨਮ ਸੁਹੇਲਾ। ਲੜ ਲੱਗੀਏ ਬਾਜਾਂ ਵਾਲੇ ਆਓ। ਪਿਤਾ ਦਸ਼ਮੇਸ਼ ਦੀਆਂ ਖੁਸ਼ੀਆਂ ਦੇ ਲੈਣੀਆਂ ਖੰਡੇ ਵਾਲਾ ਅੰਮ੍ਰਿਤ ਪੀ ਸਕਦੇ ਵਾਲਾ ਅੰਮ੍ਰਿਤ ਪੀ ਸੇਵਾ ਕਰਨ ਦਾ ਬਲ ਉਤਸ਼ਾਹ ਬਖਸ਼ਣ। ਬੋਲਦਿਆਂ ਅਨੇਕਾਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ, ਜਾਣ ਬੱਚੇ ਜਾਣ ਕੇ ਖਿਮਾ ਕਰਿਓ ਸਾਰੀ ਸੰਗਤ ਦਾ। ਬਹੁਤ ਬਹੁਤ ਮੇਰੇ ਵੱਲੋਂ, ਬਾਬਾ ਅਮਰੀਕ ਸਿੰਘ ਜੀ ਵੱਲੋਂ ਸਾਰਿਆਂ ਦਾ ਧੰਨਵਾਦ। ਭਾਈ ਗੁਰਸਾਹਿਬ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਪਹਿਲਾਂ ਹਾਜ਼ਰੀ ਸੰਗਤ ਵਿੱਚ ਭਰੀ ਹੈ। ਕੋਟਾਨ ਕੋਟਵਰ ਸ਼ੁਕਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਦੀ ਛਤਰ ਛਾਇਆ ਹੇਠ ਬੈਠ ਕੇ ਆਪਾਂ ਆਨੰਦ ਮਾਣਿਆ। ਗੱਜ ਕੇ ਆਨੰਦ ਸਾਹਿਬ ਵਿੱਚ ਬੋਲੋ, ਫਿਰ ਅਰਦਾਸ ਵਿੱਚ ਸ਼ਾਮਿਲ ਹੋਈਏ।
हुक्मनामा साहब सरवण करके फिर सारे ने करो करी चले पौने। अगले ऐतवार फिर आप संगत के सारे दर्शन करांगे। इस तरह सारी संगत को बेनती है पक्की आप जी रूटीन बनाओ हर ऐतवार आप इत्थे ही बैठ के सतगुरु के चरणों में महापुरशां के अस्थानों से आप हाजरी भरीए सतगुरु के दर कर दियां खुशियां लईए जीवन में कुछ सीखण नूं मिले सेहत मिले राम कली महला तीजा आनंद एक ओंकार सतगुर प्रसाद आनंद पाया मेरी माए सतगुरु मैं पाया Oh.
ਤਤਕਾਲ ਨਾਨਕ ਤੇ ਮੁਖ ਉਜਲੇ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਤੁਮਰੀ ਮਹਿਮਾ ਵਰਨਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਸੋ ਕਹੋ ਟਲ ਗੁਰ ਸੇਵੀਐ ਐਹਨ ਸਹਿਜ ਸੁਖਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ ਪੰਜਵਾਂ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿਨ ਹੀ ਸੁਣਿਆ ਦੁੱਖ ਸੁਖ ਮੇਰਾ ਤੋ ਬਿਦਨੀ ਕੀ ਖਟਾਨੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗਣ ਸੁਜਾਨੀ ਤਿਨ ਹੀ ਸੁਣਿਆ ਦੁੱਖ ਸੁਖ ਮੇਰਾ ਤੋ ਬਿਦਨੀ ਕੀ ਖਟਾਨੀ ਜੀਵ ਕੀ ਕਹਿ ਹੀ ਪਹਿਮਾਨੀ ਅਵਰ ਜਤਨ ਕਰ ਰਹੇ ਬਹੁ ਤੇਰੇ ਤਿਨ ਤਿਲ ਨਹੀਂ ਕੀਮਤ ਜਾਣੇ ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ ਡਿਗੈ ਨਾ ਡੋਲੈ ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ ਓਏ ਜੋ ਬੀਚ ਹਮ ਤੁਮ ਕਛ ਹੋਤੇ ਤਿਨ ਕੀ ਬਾਤ ਬਿਲਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਨਕ ਵਖਾਨੀ ਪ੍ਰਗਟਿਓ ਜੋਤਾ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਨੀ ਕਹੋ ਨਾਨਕ ਨਿਹ ਚਲ ਕਰ ਬਾਂਧਿਓ ਗੁਰ ਕੀਓ ਬੰਧਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਨੀ ਕਹੋ ਨਾਨਕ ਨਿਹ ਚਲ ਕਰ ਬਾਂਧਿਓ
गुर क्यों बंदानी। वाहिगुरु जी का खालसा, वाहिगुरु जी की फतेह।